ਗੁਜਰੀਵਾਲ ਗੋਤ ਦੇ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਧੌਲਾ ਹੈ। ਪਿੰਡ ਧੌਲਾ ਨੂੰ 100 ਕਿਲੋਮੀਟਰ ਦੇ ਇਲਾਕੇ ਵਿੱਚ ਸਭ ਤੋਂ ਪੁਰਾਣਾ ਅਤੇ ਵੱਡਾ ਪਿੰਡ ਮੰਨਿਆ ਜਾਂਦਾ ਹੈ, ਜਿਸ ਦੇ ਬਹੁਤ ਸਰੋਤ ਹਨ। ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ ਅਤੇ ਪਿੰਡ ਦੇ ਵਿੱਚ ਅਨੇਕਾਂ ਪੁਰਤਾਨ ਧਰੋਹਰਾਂ ਹੋਣ ਕਰਕੇ ਪਿੰਡ ਨੂੰ ਇਤਿਹਾਸਿਕ ਦਰਜਾ ਵੀ ਪ੍ਰਾਪਤ ਹੈ। ਤਾਮਿਲਨਾਡੂ ਦੇ ਸਾਬਕਾ ਰਾਜਪਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਪੈਪਸੂ ਮੰਤਰੀ ਸੰਪੂਰਨ ਸਿੰਘ ਧੌਲਾ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਵੀ ਪਿੰਡ ਧੌਲਾ ਦੇ ਜੰਪਲਾ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਖਾਲਸਾ ਵੀ ਇਸੇ ਪਿੰਡ ਦੇ ਰਹਿਣ ਵਾਲੇ ਹਨ। ਤੁਹਾਨੂੰ ਦੱਸ ਦੇ ਕਿ ਧੌਲਾ ਪਿੰਡ ਦੇ ਬਿਲਕੁਲ ਕੇਂਦਰ ਵਿੱਚ ਬਣਿਆ ਇਤਿਹਾਸਿਕ ਕਿਲ੍ਹਾ ਪਿੰਡ ਦੇ ਇਤਿਹਾਸਿਕ ਹੋਣ ਦੇ ਮੋਹਰ ਲਗਾਉਂਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਸਥਾਪਿਤ ਉੱਚਾ ਲਾਲ ਰੰਗ ਦਾ ਬੁਰਜ ਨਾਭਾ ਰਿਆਸਤ ਦਾ ਹਿੱਸਾ ਹੈ। ਪਿੰਡ ਵਾਸੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਈ ਦਹਾਕੇ ਪਹਿਲਾਂ ਜਦੋਂ ਰਾਜਸਥਾਨ ਦੇ ਭੱਟੀ ਰਾਜਪੂਤ ਪੰਜਾਬ ਵਿੱਚ ਆਏ ਸਨ ਤਾਂ ਉਹਨਾਂ ਨੇ ਆਪਣੀ ਹਿਫਾਜ਼ਤ ਲਈ ਅਜਿਹੇ ਕਿਲ੍ਹਿਆਂ ਦਾ ਨਿਰਮਾਣ ਕੀਤਾ ਸੀ। ਜਾਣਨ ਤੋਂ ਪਹਿਲਾਂ ਕਿ ਜਿਹੜਾ ਪਿੰਡ ਇਹ ਧੌਲਾ, ਅਸਲ ਵਿੱਚ ਇਹ ਧਾਲੀਵਾਲ ਪਿੰਡ ਆ, ਜਿਹੜੇ ਧਾਲੀਵਾਲ ਗੋਤ ਦੇ ਲੋਕ ਨੇ ਉਹ ਕਿਤੇ ਵੀ ਰਹਿੰਦੇ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਦਾ ਪੁਰਖਾ ਪਿੰਡ ਆ ਇਹ। ਐਂ ਸਮਝੋ ਕਿ ਸਭ ਤੋਂ ਪੁਰਾਣਾ ਪਿੰਡ ਧਾਲੀਵਾਲਾਂ ਦਾ ਇਹ ਪਿੰਡ ਧੌਲਾ। ਅੱਜ ਤੋਂ ਤਕਰੀਬਨ 850 ਸਾਲ ਪਹਿਲਾਂ ਜਦੋਂ ਜੱਟ ਕਬੀਲੇ ਇੱਥੇ ਪੰਜਾਬ ਦੇ ਵਿੱਚ ਆਏ, ਉਸ ਵੇਲੇ ਇਹ ਕਿਲ੍ਹਾ ਜਿਹੜਾ ਭੱਟੀ ਰਾਜਪੂਤਾਂ ਨੇ ਵਸਾਇਆ ਸੀ, ਉਹਨਾਂ ਨੇ ਬਣਾਇਆ ਸੀ। ਇਹ ਜਿਹੜਾ ਹੁਣ ਤੁਸੀਂ ਆਪਣੇ ਦੇਖ ਰਹੇ ਹੋ ਆਹ ਬੁਰਜ, ਅਸਲ ਵਿੱਚ ਇੱਕੋ ਬੁਰਜ ਬਾਕੀ ਰਹਿ ਗਿਆ। ਇੱਥੇ 4 ਬੁਰਜ ਸੀਗੇ। ਆਹ ਪੂਰਾ ਸਕੂਲ ਜਿਹੜਾ ਆਪਾਂ ਇੱਥੇ ਖੜ੍ਹੇ ਹਾਂ, ਜਿੱਥੇ ਇਹ ਸਕੂਲ ਬਣਿਆ ਹੋਇਆ, ਇੱਕ ਹਾਈ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਸਕੂਲ ਦੇ ਵਿੱਚ ਇਹਦੇ 4 ਬੁਰਜ ਹੁੰਦੇ ਸੀ, 4 ਖੁੰਜਿਆਂ ਦੇ ਉੱਤੇ, ਅਤੇ ਇਹਦਾ ਇੱਕ ਵੱਡਾ ਗੇਟ ਹੁੰਦਾ ਸੀਗਾ ਸਾਹਮਣੇ, ਜਿੱਥੇ ਹੁਣ ਆਪਣਾ ਗੇਟ ਆ ਸਕੂਲ ਦਾ। ਇੱਥੇ ਇਹ ਹੌਲੀ ਹੌਲੀ ਜਿਹੜਾ ਪੰਚਾਇਤ ਵਾਲਿਆਂ ਨੇ ਢਾਹ ਕੇ, ਕਿਲੇ ਨੂੰ ਢਾਹ ਕੇ, ਹੌਲੀ ਹੌਲੀ ਢਾਹ ਕੇ ਸਾਰਾ ਸਕੂਲ ਬਣਾ ਦਿੱਤਾ। ਜਦੋਂ ਇੱਥੇ ਜੱਟ ਕਬੀਲੇ ਆਏ, ਸਾਰੇ ਦੇ ਸਾਰੇ ਜੱਟ ਕਬੀਲੇ ਆਏ, ਜਿੰਨੇ ਵੀ ਆ, ਇਕੱਲੇ ਧਾਲੀਵਾਲ ਨਹੀਂ, ਜਿੰਨੇ ਵੀ ਜੱਟ ਕਬੀਲੇ ਆਏ, ਉਹ ਰਾਜਸਥਾਨ ਦੇ ਤੋਂ ਇੱਥੇ ਆਉਣ ਸਾਰ ਜਦੋਂ ਉਹਨਾਂ ਨੇ ਆਪਦਾ ਦੇਖਿਆ ਕਿ ਵੀ ਪਿੱਛੇ ਤੋਂ ਲੜਦੇ ਆਏ ਸੀ, ਉਹਨਾਂ ਨੇ ਦੇਖਿਆ ਵੀ ਜੇ ਇੱਥੇ ਵੀ ਆਪਾਂ ਆਪਦੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਤਾਂ ਕਿਲ੍ਹਿਆਂ ਦੀ ਲੋੜ ਪਊਗੀ। ਇਹ ਕਿਲ੍ਹਾ ਸੀ ਜਿਹੜਾ, ਇਹ ਸਮਝੋ ਕਿ ਧਾਲੀਵਾਲਾਂ ਦਾ ਤਪਾ ਵੱਜਦਾ ਸੀ। ਇਹ ਤਪੇ ਦੇ ਵਿੱਚ ਤਕਰੀਬਨ 35-40 ਪਿੰਡ ਸੀ, ਇੱਥੋਂ ਤੋਂ ਲਾ ਕੇ ਜਿਹੜਾ ਹੁਣ ਤਪਾ ਗਾ, ਤਪਾ ਮੰਡੀ, ਇਹ ਜਾਂ ਹੁਣ ਆਪਾਂ ਕਹਿ ਲਈਏ ਕਿ ਬਾਜਾ ਖਾਨਾ ਜਿਹੜਾ ਰੋਡ ਹੈ, ਇੱਥੇ ਤੱਕ ਜਿਹੜੇ ਜਿੰਨੇ ਪਿੰਡ ਸੀਗੇ ਭਾਈ ਰੂਪੇ ਤੱਕ, ਇਹ ਸਾਰੇ ਧਾਲੀਵਾਲਾਂ ਦਾ ਇੱਕ ਤਪਾ ਸੀਗਾ। ਉਹਦੇ ਵਿੱਚ ਇਹ ਚੜ੍ਹਦੇ ਵਾਲੇ ਪਾਸੇ ਸੁਰੱਖਿਅਤ ਕਰਨ ਵਾਸਤੇ, ਆਪਦੇ ਇਲਾਕੇ ਨੂੰ ਸੁਰੱਖਿਅਤ ਕਰਨ ਵਾਸਤੇ ਇੱਥੇ ਇੱਕ ਕਿਲ੍ਹਾ ਬਣਾਇਆ ਗਿਆ ਸੀਗਾ। ਉਹ ਕਿਲ੍ਹਾ ਜਿਹੜਾ ਹੁਣ ਤੁਸੀਂ ਇਹਨੂੰ ਜੇ ਆਪਾਂ ਦੇਖ ਰਹੇ ਹਾਂ, ਉਹਦੀ ਇਹ ਆਖਰੀ ਨਿਸ਼ਾਨੀ ਆ। ਇੱਥੇ ਪਿੰਡ ਦੇ ਵਿੱਚ ਕਲੱਬ ਬਣੇ ਹੋਏ ਨੇ ਜੀ, ਉਹ ਕਲੱਬ ਨੇ ਹੀ ਹੁਣ ਇਹਨੂੰ ਸਾਂਭਿਆ। ਬਹੁਤ ਇਹਦੀ ਖਸਤਾ ਹਾਲਤ ਵਿੱਚ ਹੋ ਗਿਆ ਸੀ, ਤਾਂ ਪੁਰਾਣੀਆਂ ਫੋਟੋਆਂ ਅਸੀਂ ਇਹਨਾਂ ਦੀਆਂ ਦਿਖਾ ਵੀ ਸਕਦੇ ਹਾਂ, ਸਾਡੇ ਕੋਲ ਪਈਆਂ ਨੇਗੀਆਂ। ਉਹ ਤਕਰੀਬਨ ਢਹਿ ਚੁੱਕਿਆ ਸੀਗਾ, ਇਹਦੀ ਛੱਤ ਖਰਾਬ ਹੋ ਗਈ ਸੀ। ਉਹ ਦੁਬਾਰੇ ਰਿਪੇਅਰ ਕਰਨ ਵਾਸਤੇ ਜਿਵੇਂ ਪਰਮਜੀਤ ਸਿੰਘ ਰਤਨ, ਆਪਣੇ ਇੱਥੇ ਸਾਡੇ ਪਿੰਡ ਦਾ ਬਹੁਤ ਨੌਜਵਾਨ ਹੈਗਾ, ਬੇਅੰਤ ਸਿੰਘ ਬਾਜਵਾ, ਅਤੇ ਬਹੁਤ ਵਧੀਆ ਇੱਕ ਨੌਜਵਾਨ ਨੇਗੇ, ਇਹਨਾਂ ਨੇ ਇੱਕ ਮੀਟਿੰਗ ਬੁਲਾਈ ਪਿੰਡ ਦੀ ਕਿ ਵੀ ਇਹ ਜਿਹੜਾ ਇਤਿਹਾਸਕ ਕਿਲ੍ਹਾ ਹੈ ਆਪਾਂ ਨੂੰ ਸਾਂਭਣਾ ਚਾਹੀਦਾ। ਉਹਨਾਂ ਨੇ ਫਿਰ ਇਹ ਸਾਰਾ ਜਿਹੜਾ ਹੈਗਾ ਦੁਬਾਰੇ ਫੰਡ ਪਾ ਕੇ ਜਾਂ ਕਿਤੇ ਇੱਧਰੋਂ ਉੱਧਰੋਂ ਆਪਦਾ ਇਕੱਠੇ ਕਰਕੇ ਪੈਸੇ ਇਹਦੀ ਦੁਬਾਰੇ ਰਿਪੇਅਰ ਕਰਾਈ ਹੈ ਜੀ। ਫੂਲਕੀਆ ਮਿਸਲ ਦੀਆਂ 3 ਰਿਆਸਤਾਂ ਸੀਗੀਆਂ ਜੀ, ਉਹਦੇ ਵਿੱਚ ਪਟਿਆਲਾ, ਨਾਭਾ ਅਤੇ ਜੀਂਦ। ਇਹ ਜਿਹੜਾ ਸਾਡਾ ਪਿੰਡ ਧੌਲਾ, ਇਹ ਨਾਭਾ ਰਾਜ ਦੇ ਅਧੀਨ ਆਉਂਦਾ ਸੀ, ਪਰ ਇਹ ਬਿਲਕੁਲ ਜਿਹੜਾ ਹੈਗਾ ਉਹਦੀ ਹੱਦ ਦੇ ਉੱਤੇ ਸੀਗਾ। ਸਾਡੇ ਨਾਲ ਲੱਗਵਾਂ ਪਿੰਡ ਹੈਗਾ ਹੰਡਿਆਇਆ, ਉਹ ਹੈਗਾ ਜਿਹੜਾ ਪਟਿਆਲਾ ਰਾਜ ਦੇ ਵਿੱਚ ਸੀਗਾ, ਅਤੇ ਸਾਡਾ ਇਹ ਨਾਭਾ ਰਾਜ ਦੇ ਵਿੱਚ ਸੀਗਾ। ਅਤੇ ਨਾਭੇ ਦਾ ਜਿਹੜਾ ਰਾਜਾ ਹੀਰਾ ਸਿੰਘ ਸੀਗਾ, ਉਹਦੇ ਵੀ ਅਧੀਨ ਇਹ ਰਿਹਾ ਜਿਹੜਾ ਇਹ ਕਿਲ੍ਹਾ ਗਾ, ਬਹੁਤ ਚਿਰ ਉਹਦੇ ਅਧੀਨ ਰਿਹਾ। ਉਸ ਤੋਂ ਬਾਅਦ ਆਖਰੀ ਜਿਹੜਾ ਰਾਜਾ ਸੀਗਾ ਲਖਪਤ ਰਾਏ, ਉਹ ਵੀ ਇਹਦੇ ਕਿਲ੍ਹੇ ਦਾ ਮਾਲਕ ਰਿਹਾ।
ਉੱਥੇ ਇਸ ਸੰਬੰਧੀ ਜਗਤਾਰ ਰਤਨ ਨੇ ਦੱਸਿਆ ਕਿ ਇਹ ਇਤਿਹਾਸਿਕ ਕਿਲ੍ਹਾ 8 ਸਦੀਆਂ ਤੋਂ ਵੱਧ ਪੁਰਾਣਾ ਹੋਣ ਕਰਕੇ ਕਿਲ੍ਹੇ ਦੀ ਹਾਲਤ ਦਿਨੋ ਦਿਨ ਖਸਤਾ ਹੁੰਦੀ ਦੇਖ ਪਿੰਡ ਦੇ ਨੌਜਵਾਨਾਂ ਨੇ ਇਸਦੀ ਸੰਭਾਲ ਦਾ ਬੀੜਾ ਚੁੱਕਿਆ, ਜਿਸ ਤੋਂ ਬਾਅਦ ਇਸ ਇਤਿਹਾਸਿਕ ਬੁਰਜ ਦੀ ਅੱਜ ਚੰਗੀ ਦਿੱਖ ਦੇਖਣ ਨੂੰ ਮਿਲ ਰਹੀ ਹੈ। ਇਹਦਾ ਜੀ ਅਸੀਂ ਕਲੱਬ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਨਗਰ ਪੰਚਾਇਤ ਧੌਲਾ ਵੱਲੋਂ ਅਸੀਂ ਰਲ ਕੇ ਖੰਭਲਾ ਮਾਰਿਆ, ਮੀਟਿੰਗ ਬੁਲਾਈ ਇੱਕ ਵੀ ਅਸੀਂ ਇਹਨੂੰ ਆਪਣੀ ਵਿਰਾਸਤ ਆ ਇਹਨੂੰ ਸੰਭਾਲਿਆ ਜਾਵੇ ਅਤੇ ਮੀਟਿੰਗ ਦੇ ਵਿੱਚ ਸਾਰਿਆਂ ਨੇ ਸਹਿਮਤੀ ਦਿੱਤੀ ਵੀ ਇਹਨੂੰ ਸੰਭਾਲੋ ਜੀ ਅਤੇ ਪਿੰਡ ਦੀ ਸਹਿਮਤੀ ਨਾਲ, ਪੰਚਾਇਤਾਂ ਦੀ ਸਹਿਮਤੀ ਨਾਲ ਅਤੇ ਕਲੱਬਾਂ ਦੀ ਸਹਿਮਤੀ ਨਾਲ ਅਸੀਂ ਇਹ ਜਿਹੜਾ ਦੁਬਾਰੇ ਦੀ ਰਿਪੇਅਰ ਕਰਾ ਕੇ ਸਾਂਭ ਸੰਭਾਲ ਕੀਤੀ। ਨੌਜਵਾਨ ਬੇਅੰਤ ਬਾਜਪਾ ਨੇ ਦੱਸਿਆ ਕਿ ਉਕਤ ਕਿਲ੍ਹੇ ਦੀ ਸਾਂਭ ਸੰਭਾਲ ਲਈ ਪਹਿਲਾਂ ਕਈ ਸਾਲ ਵੱਖ ਵੱਖ ਸਰਕਾਰਾਂ ਦੇ ਵਿਭਾਗ ਨਾਲ ਸੰਬੰਧਿਤ ਮੰਤਰੀਆਂ ਦੇ ਗੇੜੇ ਕੱਢਦੇ ਰਹੇ, ਪਰ ਕਿਸੇ ਨੇ ਇਸ ਇਤਿਹਾਸਿਕ ਕਿਲ੍ਹੇ ਦੀ ਸਾਰ ਨਹੀਂ ਲਈ, ਜਿਸ ਤੋਂ ਪਿੰਡ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾ ਕੇ ਆਪ ਹੀ ਕਿਲ੍ਹੇ ਦੀ ਜ਼ਿੰਮੇਵਾਰੀ ਚੁੱਕੀ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਇਸ ਦੀ ਸਾਂਭ ਸੰਭਾਲ 'ਤੇ 5 ਲੱਖ ਤੋਂ ਵੱਧ ਦਾ ਖਰਚਾ ਆ ਚੁੱਕਿਆ ਹੈ। ਮੈਂ ਬੇਅੰਤ ਬਾਜਵਾਈ ਰਾਮ ਸਰੂਪ ਧੌਲਾ ਤੋਂ ਅਤੇ ਸਭਾ ਦਾ ਮੈਂ ਪ੍ਰਧਾਨ ਹਾਂ ਅਤੇ ਜਿਹੜਾ ਤੁਸੀਂ ਪਿੱਛੇ ਕਿਲ੍ਹਾ ਦੇਖ ਰਹੇ ਹੋ, ਪਹਿਲਾਂ ਵੀ ਮੈਥੋਂ ਪਹਿਲਾਂ ਸਾਡੇ ਪਿੰਡ ਦੇ ਮੁਤਵਰ ਬੰਦਿਆਂ ਨੇ ਦੱਸਿਆ ਤੁਹਾਨੂੰ ਇਹ ਕਿਲ੍ਹੇ ਦੀ ਹਿਸਟਰੀ ਬਾਰੇ ਵੀ ਕੀ ਸੀ। ਅਤੇ ਜਦੋਂ ਅਸੀਂ ਪਿੰਡ ਦੇ ਵਿੱਚ ਵਿਚਰ ਰਹੇ ਸੀ ਕਲੱਬਾਂ ਦੇ ਤੌਰ 'ਤੇ, ਸਮਾਜ ਸੇਵੀਆਂ ਦੇ ਤੌਰ 'ਤੇ, ਤਾਂ ਸਾਡਾ ਮਕਸਦ ਸੀ, ਕਿਉਂਕਿ ਅਸੀਂ ਜਿੰਨੀ ਕਿ ਸਾਡੀ ਟੀਮ ਹੈ ਉਹਨੇ ਹਮੇਸ਼ਾ ਇਹੀ ਸੋਚਿਆ ਸੀ ਵੀ ਬੇਅੰਤ ਬਾਜਵਾ ਇੱਕ ਨਾਂ ਨਹੀਂ, ਵੀ ਪਿੰਡ ਦਾ ਨਾਂ ਜਿਹੜਾ ਧੌਲਾ ਉਹ ਇੱਕ ਨਾਮ ਆ, ਅਸੀਂ ਉਹਨੂੰ ਰੀਪ੍ਰਜੈਂਟ ਕਰਦੇ ਹਾਂ। ਧੌਲੇ ਪਿੰਡ ਨੂੰ ਹੀ ਚੰਗਾ ਬਣਾਉਣ ਲਈ, ਉਹਦੀਆਂ ਵਿਰਾਸਤਾਂ ਨੂੰ ਸਾਂਭਣ ਲਈ ਇਹ ਅਸੀਂ ਹੰਭਲਾ ਮਾਰਿਆ ਸੀ। ਪਿੰਡ ਨੇ ਬਹੁਤ ਸਹਿਯੋਗ ਕੀਤਾ, ਜਿਹੜੇ ਸਾਡੇ ਪਿੰਡ ਦੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਬਹੁਤ ਸਾਨੂੰ ਫੰਡ ਭੇਜਿਆ, ਤਾਂ ਅਸੀਂ ਇਹਨੂੰ ਰਿਪੇਅਰ ਕਰਨ ਦੇ ਵਿੱਚ ਸਫਲ ਹੋਏ, ਵਿਰਾਸਤ ਨੂੰ ਸਾਂਭਣ ਦੇ ਵਿੱਚ ਸਫਲ ਹੋਏ। ਪਰ ਸਾਨੂੰ ਇੱਕ ਗਿਲਾ ਵੀ ਰਿਹਾ ਸਰਕਾਰਾਂ 'ਤੇ, ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ, ਅਸੀਂ ਕਈ ਮੰਤਰੀਆਂ ਨੂੰ ਮਿਲੇ, ਕੈਬਨਿਟ ਮੰਤਰੀਆਂ ਨੂੰ, ਜਿਨ੍ਹਾਂ ਕੋਲ ਇਹ ਡਿਪਾਰਟਮੈਂਟ ਵੀ ਸੀ ਸਾਡੇ ਭਦੌੜ ਹਲਕੇ ਤੋਂ ਹੀ ਸੀ, ਅਤੇ ਉਹਨਾਂ ਨੂੰ ਮਿਲੇ, ਉਹਨਾਂ ਨੇ ਕਿਹਾ ਵੀ ਐਸਟੀਮੇਟ ਲਗਵਾਓ ਤੁਸੀਂ, ਅਤੇ ਕਹਿੰਦੇ ਜੀ ਕਰੋੜਾਂ ਦਾ ਖਰਚਾ ਇਹ ਹੋ ਨਹੀਂ ਸਕਦਾ, ਇੰਨਾ ਸਾਡੇ ਕੋਲ ਬਜਟ ਨਹੀਂ ਹੈਗਾ। ਫਿਰ ਸਾਡੇ ਮਨ ਦੇ ਵਿੱਚ ਇਹ ਸੀ ਵੀ ਜਦੋਂ ਲੋਕ ਸਰਕਾਰ ਬਣਾ ਸਕਦੇ ਆ ਤਾਂ ਲੋਕ ਇਹ ਚੀਜ਼ਾਂ ਆਪਦੀਆਂ ਆਪ ਸਾਂਭ ਸਕਦੇ ਆ। ਇਹ ਚੀਜ਼ ਨੂੰ ਹੀ ਅਸੀਂ ਕਹਿ ਲਈਏ ਵੀ ਧੌਲੇ ਨੂੰ ਰੀਪ੍ਰਜੈਂਟ ਕਰਕੇ ਹੀ ਇਸ ਤਰ੍ਹਾਂ ਦੇ ਅਸੀਂ ਹੰਭਲੇ ਮਾਰ ਰਹੇ ਹਾਂ ਪਿੰਡ ਵਿੱਚ। ਇਹ ਤੋਂ ਇਲਾਵਾ ਅਸੀਂ ਪੁਰਾਤਨ ਖੂਹ ਵੀ ਸਾਂਭੇ ਆ ਜਿਹੜੇ ਤੁਹਾਨੂੰ ਪਿੰਡ ਵਿੱਚ ਦੇਖਣ ਨੂੰ ਮਿਲ ਜਾਣਗੇ ਜੀ। ਆਖਰ ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾਂਗਾ, ਮੌਜੂਦਾ ਸਰਕਾਰ ਨੂੰ ਵੀ ਅਪੀਲ ਕਰ ਰਿਹਾ ਹਾਂਗਾ ਵੀ ਜਿਵੇਂ ਵਿਰਾਸਤ ਸੀ ਇਹ ਸਾਂਭੀ, ਇਹਦਾ ਹਜੇ ਬਹੁਤ ਅਧੂਰਾ ਕੰਮ ਵੀ ਪਿਆ ਗਾ, ਬਹੁਤ ਲੋੜ ਆ। ਇੱਕ ਜਗ੍ਹਾ ਨਹੀਂ, ਹੋਰ ਸਾਡੇ ਪਿੰਡ 'ਚ ਕਾਫੀ ਇਹੋ ਜਿਹੀਆਂ ਜਿਹੜੀਆਂ ਨਾਭਾ ਰਿਆਸਤ ਨਾਲ ਸੰਬੰਧਿਤ ਚੀਜ਼ਾਂ ਨੇ ਉਹਨਾਂ ਨੂੰ ਸਾਂਭਣ ਦੀ ਵੱਡੇ ਪੱਧਰ 'ਤੇ ਲੋੜ ਆ, ਸਰਕਾਰ ਨੂੰ ਚਾਹੀਦਾ, ਕਿਉਂਕਿ ਲੰਬੇ ਸਮੇਂ ਤੋਂ ਹੀ ਕੋਈ ਗ੍ਰਾਂਟ ਜਿਹੜੀ ਕਿਸੇ ਵੀ ਪਿੰਡ ਨੂੰ ਨਹੀਂ ਦਿੱਤੀ ਗਈ। ਇਹ ਜਿਹੜਾ ਪੁਰਾਤਨ ਵਿਰਾਸਤ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ, ਹਾਂਜੀ ਹਾਂਜੀ, ਉਹਦੇ ਵੱਲੋਂ ਬਿਲਕੁਲ ਕੋਈ ਰਿਸਪੋਂਸ ਨਹੀਂ ਦਿੱਤਾ ਜਾਂਦਾ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਹੋਰ ਪਿੰਡਾਂ ਦੇ ਵਿੱਚ ਵੀ ਇਹੋ ਜਿਹੀਆਂ ਵਿਰਾਸਤਾਂ ਨੂੰ ਸਾਂਭਿਆ ਜਾਵੇ ਤਾਂ ਜੋ ਰੰਗਲੇ ਪੰਜਾਬ ਦੀ ਪੁਰਾਣੀ ਦਿੱਖ ਆ ਉਹ ਉਸੇ ਤਰ੍ਹਾਂ ਹੀ ਰਹੇ। ਬਰਨਾਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ।